ਰਤੂ ਪਿੰਨੀ ਸਰਹੰਦ ਦੇ ਘਰ ਦੇ ਅੰਦਰ ਮੈਨੂੰ ਦੂਰੋਂ ਸ਼ਹੀਦਾਂ ਦਾ ਦਾਰ ਦੇ ਸਿਆ ਉਸ ਦਾਰ ਦੇ ਅੰਦਰ ਜਦੋਂ ਲੰਘਿਆ ਮੈਂ ਵਸ ਰਿਹਾ ਕੁਰਬਾਨੀ ਦਾ ਘਾਰ ਦੇ ਸਿਆ ਉਸ ਘਰ ਦੀ ਏਕ ਏਕੇ ਟੰਦਰ ਸੁਹੇ ਰੰਗ ਵਿੱਚ ਖੂਨ ਨੇ ਡਰ ਦੇ ਸਿਆ ਉਸ ਖੂਨ ਦੇ ਅੰਦਰ ਜਦੋਂ ਚਾਤ ਮਾਰੀ ਸਾਖ ਆਤ ਬੈਠਾ ਕਲਗੀਧਾਰ ਦੇ ਸਿਆ ਕਲ ਕੀ ਧਰਦੀ ਜਾਗਦੀ ਜੋਤ ਅੰਦਰ ਚਾਨਣ ਸਿਦਕ ਦਾ ਇੱਕ ਆਮਾਰ ਦਿਸਿਆ ਤੀਰ ਉਹ ਚਾਨਣ ਅੰਦਰ ਮੌਤ ਵਰਦਾ ਮੈਨੂੰ ਫਤਿਹ ਅਤੇ ਜੋਰਾ ਵਾਰ ਦਿਸਿਆ ਫੇਰ ਉਜੜੇ ਥੇ ਦੀ ਸ਼ਕਲ ਵਿੱਚੋਂ ਖੂਨੀ ਰੰਗ ਦੀ ਇੱਕ ਨੋਹਾਰ ਦਿਸੀ ਉਸ ਖੂਨੀ ਨੋਹਾਰ ਦੇ ਰੂਪ ਅੰਦਰ ਜ਼ੋਰ ਜ਼ੁਲਮ ਦਾ ਰੂਪ ਤਲਵਾਰ ਦਿਸੀ ਦੇਖੀ ਉਸ ਤਲਵਾਰ ਦੀ ਧਾਰ ਅੰਦਰ ਅਜਬ ਤਰ੍ਹਾਂ ਦੀ ਆਈ ਬਹਾਰ ਦਸੀ ਖਿਹੜੇ ਫੁੱਲ ਦੋ ਡਿੱਠੇ ਦੀਵਾਰ ਅੰਦਰ ਉੱਤੇ ਸਿਦਕ ਦੀ ਪੈਂਦੀ ਫੁਹਾਰ ਦਸੀ ਈਟਾਂ ਸਿਰਾਂ ਦੀਆਂ ਲਹੂ ਮਿਜਗਾਰਾ ਬਣਦਾ ਨਵਾਂ ਉੱਥੇ ਸਿਦਕ ਸਾਰ ਦੇ ਸਿਆ تیر ਫਤੇ ਕਰਦਾ ਫਤੇ ਸਿੰਘ ਦੇ ਸਿਆ ਜ਼ੋਰਾਵਰ ਜਿੱਦਾ ਜ਼ੋਰਾਵਰ ਦੇ ਸਿਆ ਜਦੋਂ ਬੁਰਜ ਦੇ ਠਾ ਮਾਤਾ ਗੁਜਰੀ ਦਾ ਗਈ ਗੁਜਰੀ ਗੱਲ ਨਜ਼ੀਰ ਬਣ ਗਈ ਨਿਗਾ ਉਸ ਨਜ਼ੀਰ ਤੇ ਪੈਂਦਿਆਂ ਆਈ ਅਜਬ ਰੰਗ ਦੀ ਇੱਕ ਤਸਵੀਰ ਬਣ ਗਈ ਨਿਰੀ ਉਹ ਤਸਵੀਰ ਤਸਵੀਰ ਨਾ ਰਹੀ ਬੀਤੀ ਹੋਈ ਦੀ ਇੱਕ ਜ਼ੰਜੀਰ ਬਣ ਗਈ ਉਹ ਜ਼ੰਜੀਰ ਆਕੇ ਮੇਰੇ ਮਨ ਅੰਦਰ ਵੱਖੋ ਵੱਖਰੇ ਤਿੰਨ ਸਰੀਰ ਬਣ ਗਈ ਪੋੜੇ ਮੋਖੜੇ ਸ਼ਾਨਦੋਮ ਹਾਲਿਆਂ ਦੀ ਬੁਰਜ ਵਿੱਚ ਇੱਕ ਝਾਕਾ ਆਜ਼ਾਰ ਦੇ ਸਿਆ ਤੀਰ ਕੱਕਰੇ ਰਾਤ ਵਿੱਚ ਰੜੇ ਉੱਤੇ ਸੁੱਤਾ ਫਤ ਤੇਜ਼ੋਰਾਵਾਰ ਦਸਿਆ ਫੇਰ ਬੁਰਜ ਦੇ ਅੰਦਰੋਂ ਦਰਦ ਪੀਜੀ ਅੰਬਰ ਵਾਲੇ ਕੁੱਠ ਦੀ ਆ ਵੇਖੀ ਉਸ ਆ ਦੀ ਅੱਗ ਦੇ ਵਿੱਚ ਸੜਕੇ ਹੁੰਦੀ ਜ਼ੁਲਮ ਦੀ ਤੇਗ ਸਵਾ ਵੇਖੀ ਬਾਕੀ ਉਸ ਵਾਰ ਨੂੰ ਸਿਰ ਅੰਦਰ ਮੁਗਲ ਵੰਸ ਹੁੰਦੀ ਖਾਕ ਸ਼ਾ ਵੇਖੀ ਖਾਕ ਸ਼ਾਹਾਂ ਦੇ ਉਜੜੇ ਥੇ ਉੱਤੇ ਚੰਦਾਂ ਲਈ ਬਣ ਗਈ ਈਦ ਗਾ ਵੇਖੀ ਤੀਰ ਖੁੰਨੀ ਸਰਹੰਦ ਦੀ ਹੱਦ ਅੰਦਰ ਜੋ ਵੀ ਨੈਣ ਦੇ ਸਿਆ ਹੋਇਆ ਤਰ ਦਿਸਿਆ ਹਰ ਇੱਕ ਹੰਝੂ ਅੰਦਰ ਜਦੋਂ ਡਿਠਾ ਬੈਠਾ ਫਤਿਹ ਤੇ ਜੋਰਾ ਬਾਰ ਦਿਸਿਆ